ਪੰਜਾਬ ਅੰਦਰ ਚੰਗੀ ਅਤੇ ਸਸਤੀ ਸਿੱਖਿਆ ਸਾਧਨਾਂ ਦੀ ਘਾਟ ਕਾਰਨ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਨੇ ਪਰ ਕਈ ਪਰਿਵਾਰ ਉਹ ਵੀ ਨੇ ਜੋ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕ ਭੇਜਣ ਦੀ ਬਜਾਏ ਪੰਜਾਬ ਵਿੱਚ ਹੀ ਰੱਖਣਾ ਚਾਹੁੰਦੇ ਨੇ ਅਤੇ ਕਿਸੇ ਵਧੀਆ ਨੌਕਰੀ ਉੱਤੇ ਅਫਸਰ ਲੱਗਿਆ ਦੇਖਣਾ ਚਾਹੁੰਦੇ ਨੇ ਅਜਿਹੀ ਹੀ ਕਹਾਣੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਸਾਹਿਬ ਦੇ ਸੁਲਤਾਨਵਿੰਡ ਦੀ ਜਿੱਥੋਂ ਦਾ ਰਹਿਣ ਵਾਲਾ ਨੌਜਵਾਨ ਹੈ ਅਮਨਪ੍ਰੀਤ ਸਿੰਘ ਜੋ ਪੰਜਾਬ ਵਿੱਚ ਹੀ ਰਹਿ ਕੇ ਵੱਡਾ ਅਫਸਰ ਬਣਨਾ ਚਾਹੁੰਦਾ ਹੈ ਇਸ ਨੌਜਵਾਨ ਦਾ ਸੁਪਨਾ ਪੂਰਾ ਕਰਨ ਵਿੱਚ ਖਾਲਸਾਇਡ ਅਤੇ ਸਬਰ ਫਾਊਂਡੇਸ਼ਨ ਮਦਦ ਕਰ ਰਹੀਆਂ ਨੇ ਜਿਹੜੇ ਖਾਲਸਾ ਸਬਰ ਫਾਊਂਡੇਸ਼ਨ ਨਾਲ ਲਿੰਕ ਖਾਲਸਾ ਏਡ ਵਾਲੇ ਜਿਹੜੇ ਇਹਨਾਂ ਨਾਲ ਮਿਲਾ ਕੇ ਲਬਾਸਨਾ ਆਈਐਸ ਤੋਂ ਇਹ ਆਈਐਸ ਦਾ ਕੋਰਸ ਕਰਾ ਰਹੇ ਆ ਜਿਹੜੇ ਫ੍ਰੀ ਆਈਐਸ ਦਾ ਕੋਰਸ ਕਰਾ ਰਹੇ ਆ ਕਿ ਜਿਹੜਾ ਅਸੀਂ ਇੱਕ ਪ੍ਰੋਪਰ ਅਫਸਰ ਬਣ ਸਕੀਏ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਦੇਸ਼ ਦੀ ਸੇਵਾ ਕਰ ਸਕੀਏ ਅਤੇ ਉਹਨਾਂ ਦੇ ਇਨੀਸ਼ੀਏਟਿਵ ਨਾਲ ਜਿਹੜਾ ਕੋਰਸ ਹੋ ਰਿਹਾ ਫਿਰ ਉਹ ਕੋਰਸ ਦੀਆਂ ਕਲਾਸਿਸ ਲਗਾ ਕੇ ਉਹਨਾਂ ਦੀ ਸਟੱਡੀ ਕਰ ਰਿਹਾ ਮੈਂ ਨੌਜਵਾਨਾਂ ਦਾ ਰੁਝਾਨ ਆਈਲੈਟਸ ਨਾਲੋਂ ਤੋੜ ਕੇ ਆਈਏਐਸ ਪੀਸੀਐਸ ਜਿਹੇ ਪੇਪਰਾਂ ਦੀ ਤਿਆਰੀ ਵੱਲ ਪਾਉਣ ਲਈ ਪੰਜਾਬ ਅੰਦਰ ਪਹਿਲੀ ਵਾਰ ਖਾਲਸਾਇਡ ਅਤੇ ਸਬਰ ਫਾਊਂਡੇਸ਼ਨ ਮਿਲ ਕੇ ਹੰਬਲਾ ਮਾਰ ਰਹੀਆਂ ਨੇ ਸਬਰ ਫਾਊਂਡੇਸ਼ਨ ਇੱਕ ਸਾਡਾ ਇਨੀਸ਼ੀਏਟਿਵ ਆ ਜਿਹੜਾ ਅਸੀਂ ਖਾਲਸਾਇਡ ਦੇ ਨਾਲ ਖਾਲਸਾਇਡ ਇੰਟਰਨੈਸ਼ਨਲ ਨਾਲ ਸ਼ੁਰੂ ਕੀਤਾ ਹੋਇਆ ਆ ਉਸ ਦੇ ਵਿੱਚ ਜਿਹੜੇ ਪ੍ਰਿਵਿਲੇਜ ਯਾਨੀ ਕਹਿ ਲਓ ਕਿ ਜਿਹੜੀ ਉਹ ਕਲਾਸ ਆ ਜਿਹੜੀ ਆਪਣੇ ਆਪ ਨੂੰ ਅਫੋਰਡ ਨਹੀਂ ਕਰ ਪਾ ਰਹੀ ਅਤੇ ਉਹ ਐਸਪੀਰੈਂਟਸ ਜਿਹੜੇ ਆਪਣੀ ਕਹਿ ਲਓ ਕਿ ਆਪਣੀ ਕੋਚਿੰਗ ਨੂੰ ਜਾਂ ਆਪਣੇ ਜਿਹੜੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਵਾਸਤੇ ਅਫੋਰਡ ਨਹੀਂ ਕਰ ਪਾ ਰਹੇ ਜਾਂ ਉਹ ਕਹਿ ਲਓ ਕਿ ਜ਼ਰੂਰਤਮੰਦ ਜਾਂ ਇੰਟੈਲੀਜੈਂਟ ਬੱਚੇ ਜਿਹੜੇ ਪੰਜਾਬ 'ਤੇ ਕੁਛ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਦੇ ਲਈ ਇਹ ਕੋਰਸ ਸ਼ੁਰੂ ਕੀਤਾ ਹੋਇਆ ਆ ਇਹ ਫ੍ਰੀ ਕੋਰਸ ਆ ਜੀ ਅਤੇ ਔਨਲਾਈਨ ਆ ਪਹਿਲੇ ਸਾਲ ਦੇ ਲਈ ਅਤੇ ਅਸੀਂ ਇਹਨੂੰ ਅਗਲੇ ਸਾਲ 'ਚ ਇਹਨੂੰ ਆਫਲਾਈਨ ਵੀ ਲੈ ਕੇ ਜਾਵਾਂਗੇ ਜੀ ਨੌਜਵਾਨ ਅਮਨਪ੍ਰੀਤ ਸਿੰਘ ਦੇ ਪਿਤਾ ਪਿਛਲੇ 30 ਸਾਲ ਤੋਂ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਅਤੇ ਮਾਤਾ ਜੀ ਕੱਪੜੇ ਸਿਲਾਈ ਕਰਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਅਮਨਪ੍ਰੀਤ ਖੁਦ ਵੀ ਅੰਮ੍ਰਿਤਸਰ ਵਿੱਚ ਕਿਲ੍ਹਾ ਗੋਬਿੰਦਗੜ੍ਹ ਵਿੱਚ ਬਤੌਰ ਸੁਪਰਵਾਈਜ਼ਰ ਨੌਕਰੀ ਕਰ ਰਿਹਾ ਹੈ ਆਪ ਮੈਂ 8 ਕੀਤੀਆਂ ਮੁੜ ਕੇ ਬਾਅਦ ਵਿੱਚ ਫਿਰ ਇਹ ਲਾਈਨ 'ਚ ਪੈ ਗਏ ਪੜ੍ਹਾਈ ਨਹੀਂ ਹੋਈ ਫਿਰ ਉਹ 8 ਪਾਸ ਕਰਕੇ ਅਤੇ ਫਿਰ ਇੱਧਰ ਹੋ ਗਏ ਫਿਰ ਮੁੜ ਕੇ ਮਾਤਾ ਪਿਤਾ ਦਾ ਫਿਰ ਨਹੀਂ ਹੀ ਸੂਤਰ ਆਉਂਦਾ ਫਿਰ ਇਸ ਕਰਕੇ ਫਿਰ ਮਹਾਂ ਵਿੱਚੋਂ 8 ਪਾਸ ਆ ਅਤੇ ਆਪਾਂ ਕੰਮ ਕਾਰ ਕਰ ਲਈਏ ਸਰ ਮੈਂ ਗੋਬਿੰਦਗੜ੍ਹ ਫੋਰਟ ਸਕਿਉਰਿਟੀ ਜੋਬ ਕਰਦਾ ਮੈਨੂੰ 3 ਸਾਲ ਹੋ ਚੱਲੇ ਉੱਥੇ ਕੰਮ ਕਰਦੇ ਨੂੰ ਜਿੱਦਾਂ 10 ਤੋਂ 5 ਛੁੱਟੀ ਹੁੰਦੀ ਆ ਉਸ ਤੋਂ ਬਾਅਦ ਆ ਕੇ 10-15 ਮਿੰਟ ਸਾਹ ਲੈ ਕੇ ਫਿਰ ਟਰਨ ਬਾਈ ਟਰਨ ਕਲਾਸਾਂ ਲਗਾਈ ਦੀਆਂ ਵਾ ਜੇ ਕੁਝ ਕਲਾਸ ਅਗਰ ਮਿਸ ਹੋਵੇ ਕੋਈ ਫਿਰ ਉਹਦੀ ਆਪਾਂ ਰਿਵੀਜ਼ਨ ਕਰ ਲਈ ਦੀ ਆ ਥੋੜ੍ਹਾ ਤੜਕੇ ਉੱਠ ਕੇ ਕਲਾਸ ਲਗਾ ਲਈ ਦੀ ਆ ਥੋੜ੍ਹਾ ਮੈਨੇਜ ਕਰਕੇ ਅਡਜਸਟਮੈਂਟ ਕਰਕੇ ਟਾਈਮਿੰਗ ਦੀ ਜਿੱਦਾਂ ਰਾਤ ਲੇਟ ਜਾਗ ਕੇ ਜਾਂ ਤੜਕੇ ਉੱਠ ਕੇ ਐਸੇ ਕਰਕੇ ਅਡਜਸਟਮੈਂਟ ਹੋ ਰਹੀ ਹੈ ਕਿ ਸਟੱਡੀ ਚੱਲਦੀ ਰਹੇ ਸਟੱਡੀ ਨਾ ਰੁਕੇ ਕਿਸ ਤਰੀਕੇ ਨਾਲ ਅਮਨ ਦੇ ਮਾਤਾ ਜੀ ਕਈ ਸਾਲਾਂ ਤੋਂ ਕੱਪੜੇ ਸਿਲਾਈ ਕਰਕੇ ਘਰ ਚਲਾਉਣ ਵਿੱਚ ਆਪਣੇ ਪਤੀ ਦਾ ਸਾਥ ਦੇ ਰਹੇ ਨੇ ਕੰਮ ਕਾਰ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਕਿੱਦਾਂ ਦੇ ਆ ਲੋਕਡਾਊਨ 'ਚ ਸਾਡਾ ਤਾਂ ਬੁਰਾ ਹੀ ਆ ਰਿਹਾ ਸਾਨ ਆ ਵੀ ਰੋਟੀ ਪਾਉਣ ਤੋਂ ਵੀ ਬੁਰਾ ਹਾਲ ਹੀ 2 ਬੇਟੇ 1 ਬੇਟੀ ਵੱਡਾ ਤਾਂ ਵੀ ਐ ਪੜ੍ਹਾਈ ਕਰਨ ਦਿਆ ਜੇ ਨਾਲੇ ਪ੍ਰਾਈਵੇਟ ਜੋਬ ਕਰਦਾ ਸਕਿਉਰਿਟੀ ਗਾਰਡ 'ਚ ਅਤੇ ਨਿੱਕਾ ਪਲੱਸ 2 ਕਰਕੇ ਹਟਿਆ ਅਤੇ ਪਾਠ ਦੀ ਤਿਆਰੀ ਸਿੱਖਦਾ ਪਿਆ ਪਾਠ ਕਰਦਾ ਉਹਦਾ ਅਤੇ ਬੇਟੀ ਨੇ ਬੀ ਏ ਕੀਤੀ ਅਤੇ ਫਰੀ ਉਹ ਅਮਨਪ੍ਰੀਤ ਦਾ ਸੁਪਨਾ ਹੈ ਕਿ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰੇ ਅਤੇ ਸਿਸਟਮ ਵਿੱਚ ਬਦਲਾਅ ਲਿਆਵੇ ਮੇਰਾ ਜ਼ਿਆਦਾ ਇਸ ਟਾਈਮ 'ਤੇ ਫੋਕਸ ਸੀ ਜਿਹੜਾ ਐਜੂਕੇਸ਼ਨ ਦੇ ਨਾਲ ਜਾਂ ਹੈਲਥ ਨਾਲ ਲਿੰਕ ਬਾਕੀ ਉਸ ਤੋਂ ਇਲਾਵਾ ਜੋ ਵੀ ਮੇਨ ਉਸ ਟਾਈਮ 'ਤੇ ਇਸ਼ੂ ਹੋਣਗੇ ਉਸ ਚੀਜ਼ ਨੂੰ ਕਿੱਦਾਂ ਹੱਲ ਕੀਤਾ ਜਾਵੇ ਕਿ ਇੱਕ ਵਧੀਆ ਤਰੀਕੇ ਨਾਲ ਹੱਲ ਕੀਤਾ ਜਾਵੇ ਕਿ ਜਿੰਨਾ ਕੋਈ ਮਿਸਹੈਪਨਿੰਗ ਨਾ ਹੋਵੇ ਅਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣ ਇਸ ਚੀਜ਼ 'ਤੇ ਆਪਾਂ ਵਰਕ ਕਰਾਂਗੇ ਹਰ ਉਹ ਚੀਜ਼ ਖੋਜਾਂਗੇ ਜਿੰਨਾ ਛੇਤੀ ਤੋਂ ਛੇਤੀ ਦੇ ਮਸਲੇ ਹੱਲ ਹੋ ਸਕਣ ਜਾਂ ਹਰ ਉਹ ਬਰੀਕੀ ਚੀਜ਼ ਲੱਭਾਂਗੇ ਕਿ ਜਿੰਨਾ ਆਪਣਾ ਜੋ ਵੀ ਪੰਜਾਬ 'ਚ ਸਿਸਟਮ ਚੱਲਦਾ ਵਾ ਬੱਚੇ ਵਧੀਆ ਪੜ੍ਹ ਸਕਣ ਬਾਹਰ ਜਾਣ ਤੋਂ ਰੋਕ ਸਕਣ ਉਹਨੂੰ ਚੰਗੀ ਐਜੂਕੇਸ਼ਨ ਮਿਲ ਸਕੇ ਉਹਨਾਂ ਨੂੰ ਇੱਕ ਚੰਗਾ ਮੋਟੀਵੇਟ ਮਿਲ ਸਕੇ ਕਿ ਤੁਸੀਂ 10ਵੀਂ ਤੋਂ ਬਾਅਦ ਜਾਂ 10th ਤੋਂ ਬਾਅਦ ਪਲੱਸ 1 ਪਲੱਸ 2 'ਚ ਕੀ ਕਰ ਸਕਦੇ ਜੇ ਜਾਂ ਉਸ ਪਲੱਸ 1 ਪਲੱਸ 2 ਤੋਂ ਬਾਅਦ ਤੁਸੀਂ ਕੀ ਕਰ ਸਕਦੇ ਜਾਂ ਤੁਸੀਂ ਆਪਣਾ ਫਿਊਚਰ ਸੈੱਟ ਕਰ ਸਕੋ ਜਿਹੜੇ ਗਰੀਬ ਪਰਿਵਾਰ ਆ ਹੋਸਪਿਟਲਾਂ ਦੇ ਵਿੱਚ ਜਿਹੜੇ ਕਾਫੀ ਖਰਚ ਖਰਾਬ ਹੁੰਦੇ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਇਹਨਾਂ ਨੂੰ ਇਲਾਜ ਨਾ ਕਰਵਾਉਣ ਦੇ ਕਰਕੇ ਕਾਫੀ ਇਹਨਾਂ ਦੀਆਂ ਜੋ ਡੈਥ ਵਗੈਰਾ ਜਾਂ ਜੋ ਵੀ ਹੁੰਦਾ ਵਾ ਇਹ ਚੀਜ਼ ਦਾ ਕਿ ਗੌਰਮੈਂਟ ਹੋਸਪਿਟਲ ਦੇ ਵਿੱਚ ਵੱਧ ਤੋਂ ਵੱਧ ਜਾਣ ਇਲਾਜ ਕਰਵਾਉਣ ਕਿ ਉਹਨਾਂ ਨੂੰ ਵੀ ਚੰਗੀਆਂ ਸਹੂਲਤਾਂ ਮਿਲ ਸਕਣ ਇਸ ਪ੍ਰੋਜੈਕਟ ਤਹਿਤ ਪੰਜਾਬ ਦਾ ਹਰ ਲੋੜਵੰਦ ਬੱਚਾ ਮਹਿੰਗੇ ਪੇਪਰਾਂ ਦੀ ਮੁਫਤ ਟ੍ਰੇਨਿੰਗ ਲੈ ਸਕੇਗਾ ਦੇਖੋ ਇਹਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਕਿ ਜਿਹੜਾ ਪੰਜਾਬ ਇਸ ਟਾਈਮ ਜਿਹੜੀ ਇੱਕ ਟਾਈਮ ਹੁੰਦਾ ਸੀਗਾ ਕਿ ਜੇ ਤੁਸੀਂ ਅੱਜ ਤੁਸੀਂ ਦੇਖੋ ਤਾਂ ਕਿ ਪੰਜਾਬ ਦੇ ਜਿਹੜੇ ਆਫਿਸਰਸ ਆ ਤੁਹਾਨੂੰ ਦੇਖਦੇ ਹੁੰਦੇ ਸੀਗੇ ਅਤੇ ਇੱਕ ਬਹੁਤ ਵਧੀਆ ਰੇਸ਼ੋ ਹੁੰਦੀ ਸੀਗੀ ਜਿਹਨੂੰ ਉਸ ਕੰਪੀਟੀਟਿਵ ਐਗਜ਼ਾਮ ਦੇ ਜਿਹੜੇ ਪੰਜਾਬ ਦੇ ਬੱਚੇ ਪਾਰਟੀਸਪੇਟ ਕਰਦੇ ਸੀਗੇ ਜੋ ਹੌਲੀ ਹੌਲੀ 90s ਦੇ ਤੱਕ ਆਉਂਦੀ ਉਹਦੀ ਖਤਮ ਹੋ ਗਈ ਹੈ
सो अज की हो रहा है कि ज़्यादातर जो बच्चे आउट ऑफ पंजाब के देख लो जिन्हें भी नवे ऑफिसर आते हैं मोस्टली आउट ऑफ पंजाब के आते हैं। सो साड़ी एक सोच यह हैगी कि पंजाब का बच्चा इसलिए क्योंकि एंड ऑफ द डे तुम अपने जड़ा वाल देखते हैं तुम जिंदगी कितने भी पहुँच जाओ तो तुम्हें अपनी जड़ा याद आदि जे तुम अमेरिका कैनेडा बच्चे जो पहुँचते भी हैं मेहनत करके वो अखीर अपना पिंड नहीं भुलते। सो जे पंजाब के बच्चे जो पंजाब रहनगे या पंजाब तो बहर भी जाके कितने काम करे तो एंड ऑफ द डे अपनी फैमिली या अपना पिंड या अपना कह लो कि जे एरिया उठे आ उन्होंने जरूर काम करे अपलिफ्टमेंट के लिए। अमनप्रीत के पिता चाहते ने कि जो समा उन्होंने हंडाया वह हूँ उन्होंने औलाद ना हंडावे तो पढ़ लिख के किसी वधिया नौकरी पर लग जाए। मेहनत तो पहले दिन तो करता जो तो स्कूल जाता ना पढ़ाई करता यह तो उदों ही ध्यान मेहनत वाली भी मैं पढ़ा तो मैं पढ़ के कोई ना कोई अफसर लगा जा होता ही बच्चों भी वड्डी थोड़ी जी लैवल पर जाव कोई आखे ना भी तू इन्नी पढ़ाई की किता कख नहीं पर कोई ना कोई बन के दिखाओ किसी को जा माँ प्यो न अपना भैन भरा कि अगला आखे भी ठीक महाराज की कृपा ना हो चुका है अस करो फल जो मेहनत का। अमनप्रीत नू मिल रही ट्रेनिंग की कोई भी फीस नहीं ली जा रही सारा खर्चा सबर फाउंडेशन ते खालसा एड वालों चुकया जा रहा है। सर ये ना आप एड वेखी से ऑनलाइन जिता इंस्टाग्राम से होगी यूट्यूब से भी एड वेखी से एड तो जेडे सोनू सूद से जेडे इंडियन एक्टर आने भी एड भी की एड वेख के आप फॉर्म अपलाई किया फॉर्म अपलाई होने तो बाद सू कॉल आई कि 8 तरीक को काउंसलिंग है जलंधर आप जलंधर गए उसे डॉक्यूमेंट सबमिट हुए तो उस तो बाद फिर साढ़ा ही प्रोसैस चलिया सर कोई एक रुपये का खर्चा नहीं लगा जी हाल तक जो भी चल रहा सबर फाउंडेशन वालों खालसा एड के सहयोग ना जो सू लबासना IAS करा रही है इस टाइम वो एक रुपया फीस नहीं लगी सब कुछ उन्होंने फ्री चलाया जा रहा इतने तक कि सू बुक्स वगैरह भी उन्होंने प्रोवाइड की जा रही कि चंगी तैयारी कर सके पैसे की कमी के करके साड़ी स्टडी ना रुके। पंजाब की बेहतरीन UPSC कोचिंग अकैडमी अमनप्रीत जिहे किन्ने ही बच्चों को भविष्य में अफसर बनाने लई पूरा जोर ला रही है। उम्मीद करते हाँ कि अमनप्रीत की मेहनत एक दिन रंग लियाएगी ते खालसा एड अते सबर फाउंडेशन दे लाए ए बूटे अपने पंजाब ते कौम नू छां करनगे।